ਅਤੇ ਇਹ ਧਿਆਨ ਰੱਖਿਆ ਜੇ ਤੁਹਾਨੂੰ ਦੱਸਿਆ ਅਹਿਸਾਸ ਨਾਲ ਮੈਂ ਸੁਹਾਇਆ ਹਾਂ ਜੇ ਕਿ ਚਲੋ ਅਹਿਸਾਸ ਕਰਨਾ ਚਾਹੀਦਾ, ਲੇਕਿਨ ਉਹਨਾਂ ਨੇ ਮੇਰਾ ਅਹਿਸਾਸ ਕੋਈ ਅਜੇ ਕੀਤਾ। ਉਹ ਸ਼ਾਦੀ ਤੇ ਗਿਆ ਤੇ ਇਹਨੇ ਆਏ ਕੱਪੜੇ ਪਾਏ ਐ ਹੀ ਪਾਏ ਨੇ, ਨੋਟ ਕਰ ਰਹੀ ਹੈ। ਉਹ ਵੀ ਤੇਜ਼ ਹੈ, ਹਾਂ ਇਹਨੇ ਨੇਲ ਪਾਲਿਸ਼ ਵਿਆਹ ਦੀ ਲਾਈ ਆ ਹਾਲੇ ਤੱਕ। ਹਾਂਜੀ ਹਾਂਜੀ, ਉਹ ਅਹਿਸਾਸ ਉਹਦੀ ਯਾਦਗਾਰ ਬਹੁਤ ਹੀ ਤੇਜ਼ ਹੈ। ਜੁੱਤੀ ਕੱਪੜਾ ਮਿਹਨਤ ਉਹ ਜਿਹੜੀ ਤੁਸੀਂ ਹਲੂਸੇ ਨੀਅਤ ਨਾਲ ਕਰੋ ਤੇ ਅੱਲਾਹ ਤਾਲਾ ਤੁਹਾਡੇ ਰਿਜ਼ਕ ਵਿੱਚ ਬਰਕਤ ਵੀ ਪਾਏ ਔਰ ਤੁਸੀਂ ਹਰ ਵਕਤ ਖੁਸ਼ਹਾਲ ਵੀ ਰਹੋ, ਜ਼ਿਹਨੀ ਤੌਰ 'ਤੇ ਵੀ ਖੁਸ਼ਹਾਲ ਰਹੋ, ਮਾਲੀ ਤੌਰ 'ਤੇ ਵੀ ਖੁਸ਼ਹਾਲ ਰਹੋ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ ਅਸਲਾਮੁ ਅਲੈਕੁਮ। ਦੋਸਤੋ ਮੈਂ ਨਾ ਇੱਥੇ ਅੱਜ ਆਪਣੇ ਇੱਕ ਦੋਸਤ ਦਾ ਲਾਇਆ, ਇਹ ਕੰਮ ਕਰਦੇ ਨੇ ਦਰਜ਼ੀਆਂ ਦਾ, ਅਤੇ ਇਹਨਾਂ ਦੀ ਦੁਕਾਨ 'ਤੇ ਜਦੋਂ ਮੈਂ ਪਹੁੰਚਿਆ ਨਾ ਅਤੇ ਇਹ ਦੁਕਾਨ ਬੰਦ ਸੀ ਅਤੇ ਲਾਈਟਾਂ ਦੋਵੇਂ ਚੱਲਦੀਆਂ ਨਜ਼ਰ ਆਉਂਦੀਆਂ ਵੀ, ਇਹ ਸਾਹਮਣੇ ਖਲੋਤੇ ਨੇ। ਇਹਨਾਂ ਨੂੰ ਮੈਂ ਫਿਰ ਫੋਨ ਕੀਤਾ, ਫੋਨ ਕਰਕੇ ਬੁਲਾਇਆ ਕਿ ਇਹਨੇ ਸਾਡੇ ਲੰਗੋਟੀਏ ਯਾਰ ਵੀ ਯਾਰ ਤਾਂ ਨਹੀਂ ਦੋਸਤ ਨੇ, ਯਾਰ ਦਾ ਲਫ਼ਜ਼ ਕਈ ਲੋਕ ਜਿਹੜੇ ਨਾ ਮਯੂਬ ਸਮਝਦੇ ਨੇ ਅਤੇ ਦੋਸਤ ਦਾ ਲਫ਼ਜ਼ ਜਿਹੜਾ ਨਾ ਅੱਛਾ ਲੋਕ ਸਮਝਦੇ ਨੇ। ਔਰ ਬਚਪਨ ਵਿੱਚ ਅਸੀਂ ਪੰਜਵੀਂ ਕਲਾਸ ਤੱਕ ਪੜ੍ਹੇ ਵੀ ਹਾਂ, ਕਿਉਂ ਜੀ ਪੜ੍ਹੇ ਵੀ ਹਾਂ ਨਾ। ਅਤੇ ਇਹਨਾਂ ਨੇ ਦੁਕਾਨ ਰੱਖੀ ਹੈ, ਦਰਜ਼ੀਆਂ ਦਾ ਕੰਮ ਕਰਦੇ ਨੇ ਅਤੇ ਨਾਲ ਇਹਨਾਂ ਜਨਾਬ ਹੈ ਲਾਇਬ੍ਰੇਰੀ ਵੀ ਰੱਖੀ ਹੈ। ਇਹ ਚਾਹੁੰਦੇ ਨੇ ਕਿ ਬੱਚੇ ਤਾਲੀਮ ਹਾਸਲ ਕਰਦੇ ਨੇ, ਉਹ ਅਗਰ ਮਤਾਲਿਆ ਕਰਨਾ ਚਾਹਣ ਅਤੇ ਮਤਾਲਿਆ ਵੀ ਕਰਨ ਕਿਤਾਬਾਂ ਦਾ, ਦੀਨੀ ਵੀ ਪੜ੍ਹਨ ਅਤੇ ਦੁਨਿਆਵੀ ਵੀ। ਇਹ ਹੁਣ ਇਹਨਾਂ ਸਾਡਾ ਨਾਪ ਲਿਖਿਆ ਤਾਂ ਆਉਂਦੇ ਨੇ, ਨਾਮ ਵੀ ਆਪਣੇ ਹੱਥਾਂ ਦੇ ਨਾਲ ਨਾਲ ਸੋਹਣਾ ਜਿਹਾ ਕਰਕੇ ਲਿਖੋ। ਆ ਜੇ ਲੈਣ ਦੇ ਥੱਲੇ ਖਲੋਤੇ ਨੇ ਤਾਂ ਸਹੀ ਨਜ਼ਰ ਨਹੀਂ ਪਾਉਂਦੇ, ਇਹ ਨਜ਼ਰ ਆ ਗਏ ਨੇ ਹੁਣ। ਇਹ ਨੇ ਗੁਲਜ਼ਾਰ ਅਹਿਮਦ ਭੱਟ ਸਾਹਿਬ, ਇਹ ਕੱਪੜੇ ਸੀਂਦੇ ਜੀ, ਆਹ ਇਹਨਾਂ ਮਸ਼ੀਨ ਰੱਖੀ ਜੇ, ਅਤੇ ਇੰਨਾ ਸ਼ਗਿਰਦ ਸ਼ੁਗਰ ਕੋਈ ਨਹੀਂ ਪਾਏ ਆ, ਕਿਉਂਕਿ ਆਉਂਦੇ ਨੇ ਕਿ ਨਫਾਸਤ ਦੇ ਨਾਲ ਖੁਦ ਹੀ ਅਗਰ ਸੀ ਲਈਏ ਨਾ ਤਾਂ ਉਹ ਨਾਲ ਲਾਮਾ ਨਾਲੇ ਆਪੇ ਵੀ ਆਉਂਦੇ ਨੇ, ਜਾਇਜ਼ ਸਿੱਖ ਲਈਏ ਤਾਂ ਲਾਮਾ ਵੀ ਨਹੀਂ ਆਉਂਦਾ ਆ। ਇਹ ਹੁਣ ਮੈਨੂੰ ਆਉਂਦੇ ਨੇ ਇੱਥੇ ਸੈਨ ਕਰੋ, ਨਾਪ ਜਿਹੜਾ ਲਿਖਿਆ ਜੇ ਇਹ ਜੋ ਮੈਂ ਪਾਏ ਆ ਉਹ ਹੀ ਹੈ। ਹਾਂਜੀ, ਘਟਾਇਆ ਵਧਾਇਆ ਤਾਂ ਨਹੀਂ? ਨਾ ਨਾ ਨਾ, ਹੈਂ ਇਹ ਸਹੀ ਹੈ ਬਿਲਕੁਲ। ਹੈਂ ਚਲੋ ਜੀ, ਕੁਝ ਹੋਇਆ ਤਾਂ ਅੱਧੀ ਕੁਝ ਦਾ ਕਰ। ਹੈਂ ਸਹੀ ਹੈ, ਠੀਕ ਹੈ। ਤੇ ਉਹ ਮੈਂ ਜਿਹੜਾ ਪਹਿਲੇ ਦਰਜੀ ਕੋਲ ਸਵਾਇਆ ਹੋਇਆ ਜਾਣਾ ਸੂਟ, ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਪਿਆ, ਉਹਨੂੰ ਨਾ ਇੱਥੋਂ ਖਿੱਚ ਪੈਂਦੀ ਸੀ, ਇੱਥੇ ਵੱਟ ਪੈਂਦੇ ਸਨ ਅਤੇ ਆ ਮਗਰੋਂ ਤੀਰਾ ਇੰਝ ਲੱਗਦਾ ਜਿਹੜਾ ਨਾ ਬੈਨ ਜਿਹੜਾ ਲੱਗਾ ਪਿਛਾ ਟੁੱਟ ਜਾਂਦਾ, ਉਹ ਪਿਛਾ ਨਹੀਂ ਇੰਝ ਖਿੱਚਿਆ, ਇੰਝ ਲੱਗਦਾ ਸੀ ਜਿਵੇਂ ਮੈਂ ਅੱਗੇ ਬੜਾ ਕੋਈ ਵਜ਼ਨ ਟੰਗੇ ਆ, ਅਤੇ ਇੱਥੇ ਵੱਟ ਪੈ ਜਾਂਦੇ ਹਨ ਪੂਰੇ ਤੀਰੇ ਦੇ ਉੱਤੇ। ਉਹਨੂੰ ਮੈਂ ਜਾ ਕੇ ਵਿਖਾਇਆ ਅਤੇ ਉਹਨੇ ਆਖਿਆ ਨਹੀਂ ਭਾਅ ਜੀ ਬਿਲਕੁਲ ਸਹੀ ਹੈ, ਅਤੇ ਮੈਂ ਜਦੋਂ ਪਾਉਂਦਾ ਵਾਂ ਉਹ ਸੋਚਦਾ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਅੱਗੇ ਕਮੀਜ਼ ਦੇ ਨਾਲ ਕੋਈ ਵਜ਼ਨ ਬੰਨ ਲਏ ਆ। ਚਲੋ ਅੱਲਾ, ਹਾਂ ਅਤੇ ਇਹ ਧਿਆਨ ਰੱਖਿਆ ਜੇ ਤੁਹਾਨੂੰ ਦੱਸਿਆ, ਅਹਿਸਾਸ ਨਾਲ ਮੈਂ ਸੁਹਾਇਆ ਹਾਂ ਜੇ ਕਿ ਚਲੋ ਅਹਿਸਾਸ ਕਰਨਾ ਚਾਹੀਦਾ, ਲੇਕਿਨ ਉਹਨਾਂ ਨੇ ਮੇਰਾ ਅਹਿਸਾਸ ਕੋਈ ਅਜੇ ਕੀਤਾ। ਹੈਂ ਅਤੇ ਫਿਰ ਉਹ ਦੂਜੀ ਗੱਲ ਇਹ ਵੀ ਆ ਗਈ ਕਿ ਜਦੋਂ ਇੱਕ ਕੰਮ ਕੋਈ ਦੂਜਾ ਕਰਦਾ ਹੋਵੇ ਨਾ ਘਰ ਦਾ ਜੀ, ਅਤੇ ਉਹਦੇ ਕੋਲ ਕੰਮ ਖੋ ਕੇ ਬੰਦਾ ਆਪਣੀ ਮਰਜ਼ੀ ਨਾਲ ਕਰਨ ਲੱਗੇ ਨਾ, ਅਤੇ ਫਿਰ ਉਹ ਗੱਲਾਂ ਵੀ ਅੱਗੋਂ ਸੁਣਨੀਆਂ ਪੈਂਦੀਆਂ, ਨੌਕਰ ਆ ਲਿਆ ਜੇ ਨਾ ਆਪਣੀ ਮਰਜ਼ੀ ਨਾਲ। ਦੋਸਤੋ ਮੈਂ ਇੱਥੇ ਬੈਠਿਆ ਨਾ ਇੱਕ ਜਗ੍ਹਾ ਦੇਖੀਏ ਕਿ ਉੱਥੇ ਪਲੰਬਰ ਨੇ ਕੰਮ ਕੀਤਾ ਹੈ ਔਰ ਮਾਸ਼ਾਅੱਲਾ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਇਹ ਮਹਿਸੂਸ ਹੋ ਗਿਆ ਔਰ ਇਹ 'ਤੇ ਮੋਹਰ ਲੱਗ ਗਈ ਹੈ ਕਿ ਐਜ਼ ਏ ਕੌਮ ਅਸੀਂ ਨਾ ਸਾਡੇ 'ਚੋਂ ਅਹਿਸਾਸ ਖਤਮ ਹੋ ਗਏ ਆ,
ਔਰ ਜਿਹੜਾ ਅਸੀਂ ਹਰ ਵਕਤ ਪਰੇਸ਼ਾਨੀ ਜਾਂ ਪਰੇਸ਼ਾਨੀ ਦਾ ਰੋਣਾ ਰੋਂਦੇ ਹਾਂ ਨਾ, ਉਹ ਇਸੇ ਵਜ੍ਹਾ ਤੋਂ ਹੀ ਰੋਂਦੇ ਹਾਂ ਕਿ ਅਸੀਂ ਨੀਅਤ ਇਸ ਦੇ ਨਾਲ ਕੰਮ ਕਰਦੇ ਹਾਂ ਜਾਂ ਮਜ਼ਦੂਰੀ ਕਰਦੇ ਹਾਂ ਕਿ ਬਰਕਤ ਦੀ ਬਜਾਏ ਬੇਬਰਕਤੀ ਪਾ ਲੈਂਦੇ ਹਾਂ, ਔਰ ਸਾਡੇ ਰਿਜ਼ਕ ਵਿੱਚ ਅਜ਼ਾਫਾ ਵੀ ਇਸੇ ਵਜ੍ਹਾ ਤੋਂ ਹੀ ਨਹੀਂ ਹੁੰਦਾ, ਕਿਉਂਕਿ ਬੇਬਰਕਤੀ ਜਿਹੜੀ ਹੈ ਨਾ ਉਹ ਅਜ਼ਾਫਾ ਹੋਣ ਹੀ ਨਹੀਂ ਦਿੰਦੀ। ਮਿਹਨਤ ਉਹ ਜਿਹੜੀ ਤੁਸੀਂ ਹਲੂਸੇ ਨੀਅਤ ਨਾਲ ਕਰੋ ਅਤੇ ਅੱਲਾਹ ਤਾਲਾ ਤੁਹਾਡੇ ਰਿਜ਼ਕ ਵਿੱਚ ਬਰਕਤ ਵੀ ਪਾਏ ਔਰ ਤੁਸੀਂ ਹਰ ਵਕਤ ਖੁਸ਼ਹਾਲ ਵੀ ਰਹੋ, ਜ਼ਿਹਨੀ ਤੌਰ 'ਤੇ ਵੀ ਖੁਸ਼ਹਾਲ ਰਹੋ, ਮਾਲੀ ਤੌਰ 'ਤੇ ਵੀ ਖੁਸ਼ਹਾਲ ਰਹੋ, ਅਤੇ ਇਹ ਇਨਸਾਨ ਨੂੰ ਚਾਹੀਦਾ। ਲੇਕਿਨ ਇਨਸਾਨ ਭੁੱਲੇ ਹੈ, ਹਰ ਵਕਤ ਭੁੱਲੇ ਹੈ, ਹੈ ਜੀ ਖਾਧਾ ਜਾਂਦਾ ਉਹ ਹਰਾਮ ਹੈ। ਅੱਛਾ, ਕਿਸੇ ਦਾ ਹੱਕ ਖਾਧਨਾ ਇਹ ਵੀ ਹਰਾਮ ਹੈ। ਹਾਂ, ਤੇ ਕਿਸੇ ਨੂੰ ਪੁੱਛੀਏ ਨਾ ਯਾਰ ਦੇਖੋ ਯਾਰ ਮਜ਼ਦੂਰੀ ਪਿਆ ਕਰਦਾ ਵਾ, ਮਜ਼ਦੂਰ ਬੰਦਾ ਮਜ਼ਦੂਰੀ ਪਿਆ ਕਰਦਾ, ਅਗਰ ਉਹ ਨੇਕ ਨੀਤੀ ਦੇ ਨਾਲ ਲੱਗਾ ਰਹੇ ਨਾ ਤਾਂ ਉਹ ਹਲਾਲ ਹੈ। ਜਿੱਥੇ ਉਹਦੀ ਨੀਅਤ ਵੱਧ ਹੋਣੀ ਹੈ ਨਾ ਉਹਨੇ ਹਲਾਲ ਨੂੰ ਹਰਾਮ ਵਿੱਚ ਸ਼ਾਮਲ ਕਰ ਲੈਣਾ, ਕਨਵਰਟ ਕਰ ਲੈਣਾ, ਇਹ ਮੇਨ ਗੱਲ ਹੁੰਦੀ ਹੈ। ਬਿਲਕੁਲ, ਮੈਂ ਜੇ ਇੱਥੇ ਬੈਠਾ ਹਾਂ ਕੱਪੜੇ ਸਿਲਾਈ ਪਿਆ ਕਰਨਾ ਤਾਂ ਮੈਂ ਮੇਰੇ ਦਿਲੋਂ ਦਲੀਲ ਆ ਉਹ ਦਫ਼ਾ ਕਰੋ ਯਾਰ ਇਹਨੇ ਕਿਹੜਾ ਜ਼ਿਆਦਾ ਪੈਸੇ ਦੇਣੇ, ਇਹਨੂੰ ਇੰਜ ਦਾ ਕੰਮ ਕਰਦੇ, ਉਹ ਵੀ ਹਰਾਮ ਵਿੱਚ ਸ਼ਾਮਲ ਹੋਣਾ। ਅੱਛਾ ਜੀ, ਹਾਂ, ਕਿਉਂਕਿ ਮੈਂ ਕਿਉਂ ਨਾਲ ਜਾ ਕੇ ਦੱਸਾਂ ਲਿਆਓ ਜੀ ਇੰਨੇ ਪੈਸੇ ਦਿਓ ਤੁਸੀਂ ਇਹ ਦੇ ਆ ਸਕਦੇ। ਐ ਬੀਬੀ ਨੇ ਪਿਛਲੀ ਸ਼ਾਦੀ ਤੇ ਸੂਟ ਪਾਇਆ ਸੀ। ਅੱਛਾ ਅੱਛਾ, ਬੀਬੀ ਦਾ ਦਿਮਾਗ ਮੈਂ ਉਹ ਆ ਕੇ ਉਹ ਸ਼ਾਦੀ ਤੇ ਗਿਆ ਤੇ ਇਹਨੇ ਆਹੀ ਕੱਪੜੇ ਪਾਏ ਸੀ, ਐਹੀ ਪਾਏ ਇਹਨੇ, ਨੋਟ ਕਰ ਲਈ, ਬਹੁਤ ਹੀ ਤੇਜ਼ ਹੈ। ਹਾਂ, ਇਹਨੇ ਨੇਲ ਪਾਲਿਸ਼ ਵੀ ਆਦੀ ਲਾਈ ਆ ਹਾਲੇ ਤੱਕ। ਹਾਂ ਜੀ, ਹਾਂ ਜੀ, ਉਹ ਹਿਸਾਬ ਹੈ ਜੀ। ਸਾਡੇ ਸ਼ੁਰੂ ਚ ਦੱਸਿਆ ਤੁਹਾਨੂੰ ਕਿ ਸਾਡੇ ਨਾਲ ਪੰਜਵੀਂ ਤੱਕ ਪੜ੍ਹੇ ਵੀ ਨੇ, ਬੜੇ ਆਲਾ ਪਾਏ ਦੇ ਦਰਜੀ ਨੇ। ਇਹਨਾਂ ਕੋਲੋਂ ਅੱਜ ਮੈਂ ਪਹਿਲੀ ਦਫ਼ਾ ਨਹੀਂ, ਅੱਗੇ ਵੀ ਇੱਕ ਦੋ ਦਫ਼ਾ ਸੂਟ ਸਵਾਏ ਨੇ ਅਤੇ ਅੱਜ ਫਿਰ ਲੈ ਕੇ ਆਇਆ। ਮੈਨੂੰ ਆਖਿਆ ਕਿ ਸੂਟ ਕਿੰਨਿਆਂ ਮਹੀਨਿਆਂ ਤੱਕ ਚਾਹੀਦਾ ਜੇ, ਅਤੇ ਮੈਂ ਭਾਵੇਂ ਤੁਸੀਂ ਇੱਕ ਘੰਟੇ ਬਾਅਦ ਦੇ ਦਿਓ ਸੂਟ ਅਤੇ ਭਾਵੇਂ ਦੂਜੇ ਦਿਨ ਦੇ ਦਿਓ, ਕੱਲ੍ਹ ਦੇ ਦਿਓ, ਅਤੇ ਜੇ ਤੁਹਾਡਾ ਮਹੀਨਿਆਂ ਦਾ ਚੱਕਰ ਹੈ ਤਾਂ ਫਿਰ ਮਹੀਨਿਆਂ ਬਾਅਦ ਹੀ ਦੇ ਦਿਆ ਜੇ, ਭਾਵੇਂ ਅਗਲੀ ਤੇ ਦੇ ਦਿਆ ਜੇ, ਆਹ ਜਿਹੜੀ ਹਫ਼ਤੇ ਬਾਅਦ ਆਉਣੀ ਉਹ ਉਹਦੀ ਬਜਾਏ ਅਗਲੀ ਤੇ ਦੇ ਛੱਡਿਆ ਜੇ। ਇਹਨਾਂ ਆਖਿਆ ਨਹੀਂ ਤੁਸੀਂ ਆਖੋ ਤਾਂ ਅੱਧੇ ਘੰਟੇ ਬਾਅਦ ਦੇ ਦਿਆਂਗੇ, ਮੈਂ ਨਾਲੇ ਘੰਟਿਆਂ ਦੀ ਗੱਲ ਮਹੀਨਿਆਂ ਦੀ ਅਤੇ ਫਿਰ ਅੱਧੇ ਘੰਟੇ 'ਤੇ ਵੀ ਆ ਜਾਂਦੇ ਹੋ, ਅਤੇ ਇਹ ਆਉਂਦੇ ਨੇ ਕਿ ਅੱਧੇ ਘੰਟੇ 'ਤੇ ਮੈਂ ਹਾਲੀ ਸਿਗਰਟ ਹੀ ਪੀਣਾ ਵਾਂ, ਅੱਧੇ ਘੰਟੇ 'ਚ ਤਾਂ ਹਾਲੀ ਸਿਗਰਟ ਮੁੱਕਦਾ, ਇਹਨੂੰ ਇੰਜੋਏ ਕਰਨ ਤੋਂ ਬਾਅਦ ਫਿਰ ਜਿਹੜਾ ਨਾ ਤੁਹਾਡੇ ਸੂਟ ਨੂੰ ਹੱਥ ਲਾਇਆ ਜਾਏਗਾ, ਹੱਥ ਲਾ ਕੇ ਤਾਂ ਫਿਰ ਰੱਖ ਦਿਆਂਗੇ ਤਾਂ ਕਿ ਯਾਦ ਆਉਂਦਾ ਰਹੇ ਕਿ ਸੂਟ ਸੀਣਾ ਵੇ, ਅਤੇ ਇਸੇ ਤਰ੍ਹਾਂ ਜਿਹੜਾ ਨਾ ਫਿਰ ਮਹੀਨਿਆਂ ਦੀ ਵੀ ਕਮੀ ਜਿਹੜੀ ਹੈ ਨਾ ਜਾਂ ਜਿਹੜਾ ਮਹੀਨਿਆਂ ਵਾਲਾ ਟਾਈਮ ਹੈ ਨਾ ਉਹ ਵੀ ਪੂਰਾ ਹੋ ਜਾਂਦਾ। ਦੋਸਤ ਲਓ ਅੱਜ ਲਈ ਇੰਨਾ ਹੀ, ਥੋੜ੍ਹੀਆਂ ਜਿਹੀਆਂ ਗੱਲਾਂ ਕੀਤੀਆਂ, ਥੋੜ੍ਹੀਆਂ ਜਿਹੀਆਂ ਬਾਤਾਂ ਕੀਤੀਆਂ ਦੋਸਤਾਂ ਯਾਰਾਂ ਨਾਲ, ਦੋਸਤਾਂ ਦੇ ਨਾਲ, ਦੋਸਤ ਦੇ ਨਾਲ, ਦੋਸਤਾਂ ਦੀ ਦੋਸਤ ਦੇ ਨਾਲ ਚੰਗੀਆਂ ਲੱਗੀਆਂ। ਅਤੇ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ, ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਜਿਉਂਦੇ ਰਹੋ, ਵੱਸਦੇ ਰਹੋ, ਅੱਲਾ ਨਿਗਹਿਬਾਨ। ਲਓ ਜੀ ਫਿਰ ਦੇਖ ਲਓ ਇੱਕ ਵਾਰੀ।